ਇਹ ਪੰਜਾਬ ਸਿੱਖਾਂ ਦਾ ਹੀ ਰਹੂਗਾ। ਪੰਜਾਬ ਸਟੇਟ ਹੈ, ਇਹ ਸਿੱਖਾਂ ਦੀ ਸਟੇਟ ਹੈ। ਇਹਦੇ ਬੰਨੀ ਕੋਈ ਵੀ ਆ ਕੇ ਤਾਕਤ ਸਿੱਖਾਂ ਨੂੰ ਪਾਸੇ ਨਹੀਂ ਹਟ ਸਕੂ। ਪੰਜਾਬ ਦੇ ਭਲੇ ਲਈ BJP ਡਟ ਕੇ ਪਹਿਰਾ ਦੇਊਗੀ। ਪੰਜਾਬ ਦੇ ਕਿਸਾਨਾਂ ਨਾਲ, ਇੰਡਸਟਰੀਅਲਿਸਟ ਨਾਲ ਅਤੇ ਸ਼ਹਿਰੀਆਂ ਨਾਲ ਅਸੀਂ ਜੋ ਅੱਜ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ, ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਾ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਦ ਸਟੇਟ TV ਵੇਖ ਰਹੇ ਹੋ ਤੁਸੀਂ। ਅੱਜ BJP ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਚੰਡੀਗੜ੍ਹ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ। ਅੰਮ੍ਰਿਤਪਾਲ ਬਹੁਤ ਵੱਡਾ ਮੁੱਦਾ ਬਣਿਆ ਹੋਇਆ। ਕਾਂਗੜ ਸਾਹਿਬ, ਜਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਹਾਲਾਤ ਨੇ, ਜਿਹੜੇ ਹਾਲਾਤਾਂ ਨੂੰ ਲੈ ਕੇ ਤੁਸੀਂ ਅੱਜ ਇੱਥੇ ਪ੍ਰਦਰਸ਼ਨ ਕਰ ਰਹੇ ਹੋ, ਪਹਿਲਾਂ ਤਾਂ ਉਹਨਾਂ ਦੇ ਬਾਰੇ ਬਰੀਫ ਦੱਸੋ। ਦੇਖੋ, ਅੱਜ ਪੰਜਾਬ ਦੇ ਵਿੱਚ ਜੋ ਹਾਲਾਤ ਬਣ ਰਹੇ ਹੈ ਬਹੁਤ ਚਿੰਤਾਜਨਕ ਨੇ। ਉਸ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ਇੱਥੇ ਵਰਕਰਾਂ ਨੂੰ ਇਕੱਠਾ ਕੀਤਾ, ਔਰ ਜੋ ਅੱਗੇ ਫਿਊਚਰ ਲਈ ਪੰਜਾਬ ਨੂੰ ਬਚਾਉਣਾ ਹੈ, ਉਹਦੇ ਪੰਜਾਬ ਦੇ ਭਲੇ ਲਈ BJP ਡਟ ਕੇ ਪਹਿਰਾ ਦੇਊਗੀ। ਪੰਜਾਬ ਦੇ ਕਿਸਾਨਾਂ ਨਾਲ, ਇੰਡਸਟਰੀਅਲਿਸਟ ਨਾਲ ਅਤੇ ਸ਼ਹਿਰੀਆਂ ਨਾਲ ਅਸੀਂ ਜੋ ਅੱਜ ਪੰਜਾਬ ਦੇ ਵਿੱਚ ਜੋ ਕੁਛ ਹੋ ਰਿਹਾ, ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਨਾ। ਇਸ ਕਰਕੇ ਅਸੀਂ ਅੱਜ ਇੱਥੇ ਸਮੁੱਚੇ ਵਰਕਰ ਸਾਹਿਬਾਨਾਂ ਨੂੰ ਇਕੱਠੇ ਕਰਕੇ, ਲਾਹੇਵੰਦ ਕਰਕੇ, ਜੋ ਅੱਜ ਜੋ ਹਾਲਾਤ ਹੈ ਉਹਨਾਂ ਉੱਤੇ ਡਟ ਕੇ ਪਹਿਰਾ ਦੇ ਕੇ ਅਤੇ ਪੰਜਾਬੀਆਂ ਦਾ ਸਾਥ ਦੇਣਾ। ਬੀਤੇ ਦਿਨਾਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚੋਂ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਿਆਨ ਦਿੰਦੇ ਨੇ, ਸੰਗਤ ਨੂੰ ਸੰਬੋਧਨ ਕਰਦੇ ਨੇ, ਉਹ ਕਹਿੰਦੇ ਨੇ ਕਿ ਜਿਵੇਂ ਸਿੱਖਾਂ ਦੀ ਪਾਰਲੀਮੈਂਟ ਦੇ ਦੋ ਹਿੱਸੇ ਕੀਤੇ ਗਏ ਨੇ BJP ਦੇ ਵੱਲੋਂ, ਆਉਣ ਵਾਲੇ ਦਿਨਾਂ ਦੇ ਵਿੱਚ ਮੁਲਕ ਦੀ ਪਾਰਲੀਮੈਂਟ ਦੇ ਬਹੁਤ ਹਿੱਸੇ ਹੋਣਗੇ। ਬਿਲਕੁਲ ਨਹੀਂ ਹੋ ਸਕਦਾ, ਇੱਥੇ ਪੰਜਾਬ ਸਟੇਟ ਹੈ, ਇਹ ਸਿੱਖਾਂ ਦੀ ਸਟੇਟ ਹੈ। ਇਹਦੇ ਬੰਨੀ ਕੋਈ ਵੀ ਆ ਕੇ ਤਾਕਤ ਸਿੱਖਾਂ ਨੂੰ ਪਾਸੇ ਨਹੀਂ ਹਟ ਸਕੂ। ਇਹ ਪੰਜਾਬ ਸਿੱਖਾਂ ਦਾ ਹੀ ਰਹੂਗਾ। ਅੰਮ੍ਰਿਤਪਾਲ BJP ਦਾ ਬੰਦਾ? ਬਿਲਕੁਲ ਕੋਈ ਗੱਲ ਨਹੀਂ, ਬਾਤ ਨਹੀਂ ਐਸੀ। ਇਹ ਉਹਨਾਂ ਦੇ ਜਿਹੜੀਆਂ ਦੂਸਰੀਆਂ ਪਾਰਟੀਆਂ ਨੂੰ ਗਲਤ ਬਿਆਨ ਦੇ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ, ਕੋਈ ਐਸੀ ਗੱਲਬਾਤ ਨਹੀਂ। ਸੋ ਇਹ ਸਨ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ। ਸੋ ਉਹਨਾਂ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਦਰਸ਼ਨ ਜਿਹੜਾ ਹੈ ਲਗਾਤਾਰ ਆਉਣ ਵਾਲੇ ਦਿਨਾਂ ਦੇ ਵਿੱਚ ਸਰਕਾਰ ਦੇ ਖਿਲਾਫ਼ ਹੋਰ ਵੱਡੇ ਪੱਧਰ ਦੇ ਉੱਤੇ ਕਰਾਂਗੇ। ਕੈਮਰਾਮੈਨ ਹਰੀਸ਼ ਦੇ ਨਾਲ ਮੈਂ ਗਗਨਦੀਪ ਸਿੰਘ।